ਕੀ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਵੀਰੋ ਅਤੇ ਉਹਨਾਂ ਦੀਆਂ ਭੈਣੋ? ਮੈਂ ਤੁਹਾਨੂੰ ਲਾਸਟ ਵੀਡੀਓ ਵਿੱਚ ਇੱਕ ਸਰਵਿਸ ਬਾਰੇ ਦੱਸਿਆ ਸੀ ਜਿਹਦਾ ਨਾਮ ਸੀ IQ ਆਪਸ਼ਨ। ਤੁਹਾਨੂੰ ਪਤਾ ਉਸ ਸਾਈਟ 'ਤੇ 5 ਤੋਂ 10 ਮਿੰਟ ਜਸਟ ਕੰਮ ਕਰਕੇ ਮੈਂ ਹਫ਼ਤੇ ਵਿੱਚ ਆਹਾ ਦੇਖੋ $650 ਕਮਾ ਚੁੱਕਿਆ। ਤੁਸੀਂ ਵੀ ਕਮਾ ਸਕਦੇ ਹੋ ਯਾਰ, ਕੋਈ ਐਡਾ ਝੰਝਟ ਵਾਲਾ ਕੰਮ ਨਹੀਂ। ਜਸਟ ਨੀਚੇ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ, ਉਹਨੂੰ ਕਰੋ ਫੋਲੋ, ਠੀਕ ਹੈ? ਸਾਈਟ ਖੋਲੋ, ਉੱਥੇ ਕਰੋ ਰਜਿਸਟਰ, ਅਤੇ ਤੁਸੀਂ ਡੈਮੋ ਅਕਾਊਂਟ ਵਿੱਚ ਕਰੋ ਪ੍ਰੈਕਟਿਸ, ਅਤੇ ਜਦੋਂ ਤੁਸੀਂ ਥੋੜ੍ਹੇ ਜਿਹੇ ਐਕਸਪਰਟ ਹੋ ਗਏ ਉਦੋਂ ਮੈਂ ਕਹਿੰਦਾ ਯਾਰ ਮਿਨੀਮਮ ਅਕਾਊਂਟ ਹੈ ਨਾ ਡਿਪੋਜ਼ਿਟ ਦੀ ਹੋਏਗੀ $10, $10 ਡਿਪੋਜ਼ਿਟ ਕਰੋ ਅਤੇ ਉਹਦੇ ਨਾਲ ਕੰਮ ਕਰੋ, ਅਤੇ ਮੈਂ ਕਿਹਾ ਪੈਸੇ ਤੁਹਾਡੇ ਐਂ ਤਿਲਸ ਦੇ ਤੁਹਾਡੇ ਹੱਥਾਂ 'ਚ ਆਉਣਗੇ। ਤੁਸੀਂ ਤਾਂ ਕਹੋਗੇ ਹੈ ਨਜ਼ਾਰੇਦਾਰ ਭਾਅ ਜੀ, ਇਹਦਾ ਕੰਮ ਹੀ ਬੜਾ ਨਜ਼ਾਰੇਦਾਰ ਹੈ, ਸਭ ਤੋਂ ਸੌਖਾ ਅਤੇ ਵਧੀਆ ਢੰਗ ਹੈ ਪੈਸੇ ਕਮਾਉਣ ਦਾ ਔਨਲਾਈਨ। ਸੋ ਬਿਨਾਂ ਕਿਸੇ ਹੋਰ ਵੇਟ ਕੀਤੇ ਮੇਰੇ ਕਹਿਣ 'ਤੇ ਇੱਕ ਵਾਰੀ ਨੀਚੇ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਨਾ ਜਿਹੜਾ, ਉਹ 'ਤੇ ਜਾ ਕੇ ਸਾਈਨ ਅਪ ਜ਼ਰੂਰ ਕਰੋ ਅਤੇ ਰਜਿਸਟਰ ਕਰਕੇ ਡਿਪੋਜ਼ਿਟ ਕਰਨਾ ਨਾ ਭੁੱਲਿਓ। ਓਕੇ ਭਰਾਵੋ ਅਤੇ ਉਹਨਾਂ ਦੀਆਂ ਭੈਣੋ, ਸਬਸਕ੍ਰਾਈਬ ਕਰੋ ਪੰਜਾਬੀ ਟੀਵੀ। ਹੈਲੋ ਜੀ, ਮਾਈ ਨੇਮ ਇਜ਼ ਰਮੀ ਸਿੰਘ ਐਂਡ ਸ਼ੀ ਇਜ਼ ਦਿਲਪ੍ਰੀਤ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਾਇਸ, ਕੀ ਹਾਲ ਚਾਲ ਤੁਹਾਡੇ? ਅਸੀਂ ਠੀਕ ਹਾਂ, ਥੈਂਕਸ ਫੋਰ ਆਸਕਿੰਗ। ਸੋ ਗਾਈਜ਼, ਅੱਜ ਦੀ ਵੀਡੀਓ ਬਹੁਤ ਘੈਂਟ ਹੋਣ ਵਾਲੀ ਹੈ, ਬਿਕੋਜ਼ ਅਸੀਂ ਅੱਜ ਕੁਝ ਵੱਖਰੀ ਜਿਹੀ ਵੀਡੀਓ ਲੈ ਕੇ ਆ ਗਏ ਹਾਂ। ਕੁਝ ਸਿੰਗਰਸ ਹੈ ਬੜੇ ਹੀ ਖੂਬਸੂਰਤ ਗਾਉਂਦੇ ਹੈ, ਇਹ ਮੰਨਣਾ ਹੈ ਆਪਣੇ ਸਬਸਕ੍ਰਾਈਬਰਸ ਦਾ ਜਿਨ੍ਹਾਂ ਨੇ ਆਪਾਂ ਨੂੰ ਇਹ ਵੀਡੀਓ ਰਿਕਮੈਂਡ ਕੀਤੀ ਹੈ, ਠੀਕ ਹੈ ਜੀ? ਯਾ ਸੋ ਵੀਡੀਓ ਦਾ ਟਾਈਟਲ ਹੈ ਮੀਆਂ ਮੁਹੰਮਦ ਬਖਸ਼ ਕਾ ਕਲਾਮ, ਬਹੁਤ ਹੀ ਖੂਬਸੂਰਤ ਆਵਾਜ਼ ਮੇਂ। ਹੁਣ ਇਹ ਦੇਖਣਾ ਹੋਊਗਾ ਕਿ ਕਿੱਦਾਂ ਦੇ ਹੋਣ ਵਾਲੇ ਹੈ, ਹਾਂਜੀ ਜੀ, ਵੇਖ ਕੇ ਪਤਾ ਲੱਗੂਗਾ ਯੈਸ ਕਿ ਕਿੱਦਾਂ ਦਾ ਗਾਉਂਦੇ ਹੈ ਐਂਡ ਕੀ ਗਾ ਰਹੇ ਹੈ। ਸੋ ਬਿਨਾਂ ਨਾ ਮਿਸ ਕਰਦੇ ਆਪਣੇ ਚੈਨਲ ਕਰੋ ਯਾਰ ਸਬਸਕ੍ਰਾਈਬ ਐਂਡ ਹਿੱਟ ਦਾ ਥੰਬਸ ਅਪ ਨਾਓ, ਬਿਕੋਜ਼ ਅਸੀਂ ਇਸ ਚੈਨਲ 'ਤੇ ਕਰਦੇ ਹਾਂ ਬਹੁਤ ਵਧੀਆ ਵਧੀਆ ਵੀਡੀਓਜ਼ ਪਾਕਿਸਤਾਨ ਨਾਲ ਰਿਲੇਟਡ। ਸੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਹੋਰ ਟਾਈਮ ਵੇਸਟ ਦੇ। ਹੇਅਰ ਵੀ ਗੋ। ਸਟਾਰਟਿੰਗ ਹੀ ਹਾਈ ਸਕੇਲ ਹੈ ਨਾ। ਆਵਾਜ਼ ਇੰਨੀ ਗੁੰਜਦੀ ਕਿ ਵੀ ਉਹ ਇੱਕੋ ਲਗਾਈ ਹੋਈ ਹੈ ਮੈਂ। ਐਡਿਟ ਕੀਤੀ ਹੈ। ਟੈਲੈਂਟਡ ਯਾਰ ਪੂਰੇ। ਓ ਵਾਓ, ਕਿੰਨੀ ਸੋਹਣੀ ਆਵਾਜ਼ ਆ ਬਾਈ ਦੀ। ਕਿੰਨਾ ਖੂਬਸੂਰਤ ਸ਼ੇਰ ਹੈ ਨਾ।
ਕਲਾਸੀਕਲ ਹੈ ਯਾਰ, ਤਿੰਨੋਂ ਬੰਦੇ ਸੀਰੀਅਸਲੀ ਚਲੇ ਕਰ क्या करारी मारी यार। ओह क्या स्केल लगाया भाई। सोने कलाम है यार। तुर गया दिला दे ਇਹ ਵਾਲੀ ਹੈ ਨਾ ਜਿਹੜੀ ਬੜਾ ਉੱਚਾ ਗਾਉਂਦੇ ਆ। ਕਿਆ ਬਾਤ, ਕਿੰਨੀ ਕਲੈਰਿਟੀ ਹੈ ਯਾਰ। ਰਿਕਾਰਡਿੰਗ ਕਰ ਰਹੇ ਨਾ। ਓ ਮਾਈ ਗੋਡ ਗਾਈਸ, ਵਾਓ ਵਾਓ ਵਾਓ, ਅਮੇਜ਼ਿੰਗ ਗਾਈਸ, ਸੀਰੀਅਸਲੀ ਨਾਈਸ ਨਾ ਯਾਰ। ਹਾਂਜੀ, ਇੱਕ ਦੂਜੇ ਤੋਂ ਸਾਰੇ ਤਿੰਨੋਂ ਜਿਹਨੇ ਇੱਕ ਦੂਜੇ ਤੋਂ ਵੱਧ ਕੇ ਸੀਗੇ, ਪਰ ਉਹ ਵਾਲੇ ਫਸਟ ਵਾਲੇ ਜਿਹੜੇ ਸੀ ਹਨਾ, ਹਾਂਜੀ, ਉਹਨਾਂ ਦੀ ਆਵਾਜ਼ ਗੂੰਜ ਰਹੀ ਸੀ ਪੂਰੀ। ਗਾਈਜ਼ ਮੰਨੋਗੇ, ਮੇਰੇ ਗੂਜ਼ ਬੰਪ ਨਾ ਸਿਰਫ ਬਾਹਾਂ 'ਤੇ ਨਹੀਂ, ਇੱਥੋਂ ਦੀ ਆ ਰਹੀ, ਇੱਥੋਂ ਦੀ ਗਰਦਨ 'ਚੋਂ ਆ ਕੇ ਐਂ ਜੀ ਹੋ ਰਿਹਾ। ਤੁਹਾਨੂੰ ਤਾਂ ਸੱਚੀ ਯਾਰ ਮੌਸਮ ਸੀ ਕਹਿਣ ਦਾ ਮਤਲਬ ਵੀ ਇੰਨੀ ਜੁਗਲਬੰਦੀ ਇਹਨਾਂ ਨੇ ਅੱਛੀ ਕੀਤੀ ਨਾ, ਐਂਡ ਇੰਨੇ ਵਧੀਆ ਸੁਰ ਲਗਾਏ ਇਹਨਾਂ ਨੇ ਯਾਰ, ਕਿੰਨਾ ਹਾਈ ਸਕੇਲ ਕਿੰਨਾ ਸੀਗਾ, ਐਂਡ ਇੱਕ ਇੱਕ ਸੁਰ ਇਹਨਾਂ ਦਾ, ਵੋਇਸ ਇਹਨਾਂ ਦੀ ਕਿੰਨੀ ਕਲੈਰਿਟੀ ਨਾਲ ਸੀਗੀ ਯਾਰ।
ਮਤਲਬ ਕਿੰਨਾ ਜ਼ਬਰਦਸਤ ਲੱਗ ਰਿਹਾ ਸੀ ਸੀਰੀਅਸਲੀ, ਮੈਨੂੰ ਤਾਂ ਸੁਣ ਕੇ ਬਹੁਤ ਅੱਛੇ ਲੱਗੇ ਐਂਡ ਕਲਾਮ ਵੀ ਬੜੇ ਸੁੰਦਰ ਸੀ, ਬੜੇ ਹੀ ਜ਼ਿਆਦਾ ਸੋਹਣੇ ਸੀਗੇ, ਤਾਂ ਬਹੁਤ ਜ਼ਿਆਦਾ ਵਧੀਆ ਲੱਗਾ ਵੀ ਮੈਂ ਇੰਨਾ ਨਹੀਂ, ਮਤਲਬ ਕੌਣ ਹੈ ਸਟਰੀਟ ਸਿੰਗਰ ਜਿਵੇਂ ਕਿ ਪਤਾ ਨਹੀਂ ਜੀ। ਅੱਜ ਆਪਾਂ ਪਹਿਲੀ ਵਾਰੀ ਵੀਡੀਓ ਦੇਖੀ ਹੈ ਇਹਨਾਂ ਦੀ, ਹੁਣ ਇਹ ਪਤਾ ਨਹੀਂ ਕੋਈ ਸਿੰਗਰਸ ਨੇ, ਪ੍ਰੋਫੈਸ਼ਨਲੀ ਸਿੰਗਰਸ ਨੇ ਜਾਂ ਫਿਰ ਡੋਂਟ ਨੋ, ਬਟ ਮੈਨੂੰ ਇੰਨਾ ਪਤਾ ਕਿ ਇਹਨਾਂ ਦੀ ਗਾਇਕੀ ਨਾ ਯਾਰ ਬਾ ਕਮਾਲ ਹੈ, ਅਤੇ ਇੰਨੀ ਸਿਰਾ ਹੈ ਨਾ ਕਿ ਤੁਸੀਂ ਆਪਾਂ ਸੁਣਦੇ ਹਾਂ ਨਾ ਅੱਜ ਕੱਲ੍ਹ ਦੇ ਲੋਕਾਂ ਨੂੰ, ਅੱਜ ਕੱਲ੍ਹ ਦੇ ਸਿੰਗਰਾਂ ਨੂੰ, ਹਾਂਜੀ ਉਹ ਕਿੱਥੇ ਅਤੇ ਇਹ ਕਿੱਥੇ। ਹਾਂਜੀ ਇਹ ਤਾਂ ਕਮਾਲ ਹੀ ਕਰ ਰਹੇ ਨੇ, ਇਹ ਸਿੰਗਰ ਨੇ ਹੈ ਨਾ। ਹਾਂਜੀ ਇਹ ਤਾਂ ਤੁਸੀਂ ਕਮੈਂਟ ਕਰਕੇ ਤੁਸੀਂ ਦੱਸੋ, ਕਈ ਥੱਲੇ ਕਮੈਂਟ ਕਰਕੇ ਦੱਸੋ ਯਾਰ ਇਹਨਾਂ ਦੀਆਂ ਹੋਰ ਵੀਡੀਓਜ਼ ਆ, ਉਹ ਵੀ ਰਿਕਮੈਂਡ ਕਰੋ। ਅਤੇ ਮੈਂ ਕਹਿੰਦਾ ਯਾਰ ਸਿਰਾ ਲਾਇਆ ਪਿਆ ਬਾਈ, ਜਿਹੜਾ ਇੱਧਰ ਦੂਜਾ ਸੀ ਜਿਹਨੇ ਪਰਨਾ ਬੰਨਿਆ ਹੋਇਆ ਸੀ ਉਹ ਵੀ ਬੜਾ ਅੱਛਾ ਗਾਇਆ ਉਹਨੇ, ਐਂਡ ਹਾਈ ਸਕੇਲ ਕਿੰਨਾ ਸੀ ਇਹਨਾਂ ਦਾ ਫਸਟ ਆਫ ਆਲ, ਬਿਕੋਜ਼ ਇੰਨੇ ਉੱਚੇ ਸੁਰ 'ਤੇ ਗਾਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੁੰਦੀ ਆ। ਹਾਂਜੀ ਮਤਲਬ ਇੰਨਾ ਗਾਣਾ, ਇੰਨੀ ਆਵਾਜ਼ ਨਹੀਂ ਨਿਕਲਦੀ, ਪਤਾ ਨਹੀਂ ਕਿੱਥੋਂ ਦੀ ਗਾ ਰਹੇ ਸੀ ਉਹ, ਉਹਨਾਂ ਲਈ ਆਵਾਜ਼ ਵੀ ਐਂ ਨਹੀਂ ਫਾਟੀ ਜੀ ਆ ਰਹੀ ਸੀ, ਹਾਂ ਬਹੁਤ ਸੋਹਣੀ ਆਵਾਜ਼ ਆ। ਦੇ ਸਾਊਂਡਸ ਲਾਈਕ ਆ ਪ੍ਰੋਫੈਸ਼ਨਲ ਸਿੰਗਰਸ, ਬਿਕੋਜ਼ ਇਹਨਾਂ ਦੀ ਜਿਹੜੀ ਵੋਇਸ ਕੁਆਲਿਟੀ ਸੀ, ਇੱਕ ਜਿੰਨਾ ਇਹਨਾਂ ਦੀ ਸੁਰ ਦੀ ਕਲੈਰਿਟੀ ਲੱਗ ਰਹੀ ਸੀ ਨਾ, ਕਲੈਰਿਟੀ ਦੇਖ ਰਹੀ ਸੀ, ਜਿਹੜੀਆਂ ਇੱਧਰ ਵਾਲੇ ਗਰਾਰੀ ਜੀ ਮਾਰ ਰਹੇ ਸੀ ਨਾ, ਉੱਧਰੋਂ ਮੈਨੂੰ ਮਾਸਟਰ ਸਲੀਮ ਦੀ ਯਾਦ ਆ ਗਈ ਹੈ ਨਾ ਉਹ ਵੀ। ਅਤੇ ਇੱਕ ਜਾਂ ਫਿਰ ਇੱਧਰ ਹੇਮੰਤ ਬ੍ਰਿਜ ਵਾਸੀ ਮੁੰਡਾ, ਉਹ ਰਾਈਜ਼ਿੰਗ ਸਟਾਰ ਜੋ ਇੰਡੀਆ ਦਾ ਇੱਕ ਰਿਐਲਿਟੀ ਸ਼ੋਅ ਸੀ ਸਿੰਗਿੰਗ ਦਾ, ਉਹਦਾ ਉਹ ਵਿਨਰ ਸੀ, ਉਹਦੀ ਵੀ ਬੜਾ ਠਹਿਰਾਵ ਸੀ ਯਾਰ ਆਵਾਜ਼ ਵਿੱਚ। ਐਂ ਨਹੀਂ ਕਿ ਉਹ ਸਿਰਫ ਉੱਚਾ ਗਾਉਂਦੇ ਆ, ਅਤੇ ਕੋਈ ਇੱਕ ਐਂ ਵੀ ਹੁੰਦਾ ਉੱਚਾ ਗਾਉਣ ਵਾਲੇ ਨਾ ਉਹ ਮੈਨੇਜ ਨਹੀਂ ਕਰ ਪਾਉਂਦੇ ਉਸ ਚੀਜ਼ ਨੂੰ, ਇਹਨਾਂ ਦੀ ਇੱਕ ਲਿਮਿਟ ਸੀਗੀ, ਇੱਕ ਐਂ ਲੱਗ ਰਿਹਾ ਸੀ ਪੂਰਾ ਕਾਬੂ ਹੈ ਇਹਨਾਂ ਦਾ ਆਪਣੀ ਆਵਾਜ਼ 'ਤੇ, ਹੈ ਨਾ ਵੀ ਕੋਈ ਬੇਕਾਬੂ ਨਹੀਂ ਹੋ ਰਹੇ ਕਿਸੇ ਚੀਜ਼ ਵਿੱਚ ਵੀ, ਇੱਕ ਦਾਇਰੇ ਦੇ ਵਿੱਚ ਰਹਿ ਕੇ ਇੰਨੀ ਉੱਚੀ ਗਾਇਆ ਅਤੇ ਬੜਾ ਹੀ ਅੱਛਾ ਨਿਭਾਇਆ ਯਾਰ, ਮੈਨੂੰ ਤਾਂ ਬਹੁਤ ਅੱਛਾ ਲੱਗਾ, ਬਹੁਤ ਮਤਲਬ ਅੱਛਾ ਗਾਇਆ ਵੀ ਇਹ, ਮਤਲਬ ਸਭ ਨੂੰ ਪਸੰਦ ਆਏਗਾ, ਆਏਗਾ ਬਿਲਕੁਲ ਆਏਗਾ। ਸੋ ਗਾਈਜ਼ ਤੁਹਾਨੂੰ ਕਿੱਦਾਂ ਲੱਗਿਆ, ਆਪਣੇ ਚੈਨਲ ਤੇ ਤਾਂ ਜੋ ਏਦਾਂ ਦੇ ਅੱਛੇ ਗਾਇਕ ਹੋਰ ਉਭਰ ਕੇ ਸਾਹਮਣੇ ਆ ਸਕਣ, ਹੈ ਨਾ। ਸੋ ਗਾਈਜ਼ ਪਲੀਜ਼ ਯਾਰ ਰਿਕਮੈਂਡ ਕਰੋ ਸਾਰਿਆਂ ਨੂੰ ਇਹ ਵੀਡੀਓ ਤੇ, ਸ਼ੇਅਰ ਕਰੋ ਤੇ ਅਸੀਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ ਦੇ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਤੇ ਚੱਕੀ ਰੱਖੋ ਏਦਾਂ ਹੀ ਕੰਮ ਕੰਮ।